सारिआं दा साडे चैनल ते स्वागत है। ते असीं अज बना रहे मिक्स वैजीटेबल सब्जी, जिहदे वास्ते असीं फुल गोभी कट्टी हुई थोड़ी जी, हरे मटर, शिमला मिर्च, आलू, ते तड़के वास्ते असीं कट्टिया प्याज, टमाटर ते मिर्च। इत्थे असीं कढ़ाई विच ऑयल पा लिया होया। सब तो पहले असीं पावांगे जीरा, ते देख सकदे जीरा साडा भुज गिआ। हुण असीं पावांगे विच प्याज, ਸਾਨੂੰ ਪਿਆਜ ਨੂੰ ਅਸੀਂ ਥੋੜ੍ਹਾ ਜਿਹਾ ਭੁੰਨਾਂਗੇ ਜਿਹਦੇ ਤੱਕ ਕਲਰ ਜਿਹੜਾ ਹਲਕਾ ਜਿਹਾ ਬਰਾਊਨ ਹੋ ਜਾਏਗਾ। ਫਿਰ ਅਸੀਂ ਪਾਵਾਂਗੇ ਟਮਾਟਰ, ਇੱਥੇ ਸਾਡਾ ਜਿਹੜਾ ਪਿਆਜ ਭੁੱਜ ਚੁੱਕਿਆ ਹੈ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ। ਅਸੀਂ ਸਬਜ਼ੀ ਵਿੱਚ ਕੁਝ ਜ਼ਿਆਦਾ ਮਸਾਲੇ ਨਹੀਂ ਪਾਵਾਂਗੇ, ਇਹਦੇ ਵਿੱਚ ਸਿਰਫ 3 ਚੀਜ਼ਾਂ ਪਾਵਾਂਗੇ, ਹਲਦੀ, ਗੇਗੀ ਮਿਰਚ, ਅਤੇ ਸਵਾਦ ਅਨੁਸਾਰ ਨਮਕ। ਅਸੀਂ ਹੁਣ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ। ਅਸੀਂ ਇਹਦੇ ਵਿੱਚ ਹੁਣ ਥੋੜ੍ਹਾ ਜਿਹਾ ਪਾਵਾਂਗੇ ਪਾਣੀ, ਤਾਂ ਕਿ ਜਿਹੜਾ ਮਸਾਲਾ ਚੰਗੀ ਤਰ੍ਹਾਂ ਭੁੱਜੇ। ਅਸੀਂ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਜਦੋਂ ਤੱਕ ਜਿਹੜੇ ਟਮਾਟਰ ਸਾਡੇ ਗਲ ਨਾ ਜਾਣ ਅਤੇ ਜਿਹੜਾ ਮਸਾਲਾ ਸਾਡਾ ਚੰਗੀ ਤਰ੍ਹਾਂ ਭੁੱਜ ਨਾ ਜਾਵੇ। ਸਾਡੇ ਇੱਥੇ ਜਿਹੜਾ ਮਸਾਲਾ ਹੈ ਚੰਗੀ ਤਰ੍ਹਾਂ ਭੁੱਜ ਗਿਆ ਹੈ। ਦੇਖੋ ਮਸਾਲਿਆਂ ਨੇ ਜਿਹੜਾ ਓਇਲ ਹੈ ਛੱਡਣਾ ਸ਼ੁਰੂ ਕਰਤਾ, ਅਤੇ ਸਾਰਿਆਂ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਵਾਂਗੇ ਆਲੂ। ਆਲੂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ। ਹੁਣ ਅਸੀਂ 'ਚ ਪਾਵਾਂਗੇ ਗੋਭੀ ਕੱਟੀ ਹੋਈ, ਮਟਰ, ਸ਼ਿਮਲਾ ਮਿਰਚ। ਹੁਣ ਅਸੀਂ ਸਾਰੀ ਸਬਜ਼ੀ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ। ਅਸੀਂ ਤਾਂ ਸਾਰੀ ਸਬਜ਼ੀ ਨੂੰ ਚੰਗੀ ਤਰ੍ਹਾਂ ਹਿਲਾ ਲਿਆ ਹੋਇਆ ਹੈ, ਤਾਂ ਅਸੀਂ ਇਹਨੂੰ ਬਿਲਕੁਲ ਘੱਟ ਗੈਸ 'ਤੇ ਬਣਾਵਾਂਗੇ, ਸਿਮ ਆਚ ਦੇ ਉੱਤੇ, ਅਤੇ ਬਿਨਾਂ ਅਸੀਂ ਪਾਣੀ ਤੋਂ। ਇਹਦੇ 'ਚ ਹੁਣ ਅਸੀਂ ਪਾਣੀ ਨਹੀਂ ਐਡ ਕਰਾਂਗੇ, ਜਿਹੜੀ ਸਬਜ਼ੀ ਹੈ ਸਾਰੀ ਅਸੀਂ ਭਾਫ ਦੇ ਨਾਲ ਹੀ ਇਹਨੂੰ ਗਲਾਂਗੇ। ਹੁਣ ਅਸੀਂ ਇਹਨੂੰ 5-10 ਮਿੰਟ ਬਾਅਦ ਚੈੱਕ ਕਰਾਂਗੇ, ਅਤੇ ਉਸ ਢੱਕਣ ਢੱਕ ਲਾਂਗੇ।